ਦੋਸਤੋ ਪੀਟੀਸੀ ਪੰਜਾਬੀ 뮤직 ਅਵਾਰਡਸ ਦੇ ਟਾਈਟਲ ਸਪਾਂਸਰਸ ਨੇ ਕੋਲਗੇਟ ਸਟਰੋਂਗ ਟੀ ਤੋਂ ਕਰਦਾ ਬਿਲਕੁਲ ਤੁਹਾਡੀ ਵਾਰੀ ਹੈ ਜੀ ਅੰਗਰੇਜ਼ੀ ਚ ਅਗਰ ਮੇਰੇ ਕੋ ਪੜਿਆ ਨਹੀਂ ਜਾਣਾ ਕੋ ਪ੍ਰੈਜ਼ੈਂਟਸ ਨੇ ਗਾਰਨੀਅਰ ਬਲੈਕ ਨੈਚੁਰਲਸ ਐਂਡ ਗੋਦਰੇਜ ਨੰਬਰ 1 ਪਾਵਰਡ ਬਾਈ ਮੈਨਫੋਰਸ ਐਂਡ ਪਤਾਂਜਲੀ ਹਰਬਲ ਪਾਵਰ ਵੀਟਾ ਵਾਰਡਰੋਮਸ ਪਾਰਟਨਰ ਨੇ ਸੀਆਰਾਮਸ ਅੱਗੇ ਬੋਲੋ ਤੇ ਅੱਗੇ ਵੀਰੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਹੈ ਸਵਾਦ ਤਾਂ ਬਾਲਾ ਹੀ ਇੱਥੇ ਆ ਰਿਹਾ ਇੰਨਾ ਸ਼ਾਨਦਾਰ ਅਵਾਰਡ ਸ਼ੋਅ ਹੋ ਰਿਹਾ ਜਿੱਥੇ ਲਹਿਰਾਂ ਲੱਗੀਆਂ ਪਈਆਂ ਨੇ ਕੀ ਬਾਤ ਹੈ ਇੱਕ ਤਾਂ ਮੈਂ ਲਾਈ ਹੋਈ ਹੈ ਇੱਕ ਤੁਸੀਂ ਲਾਈ ਹੋਈ ਹੈ ਛੋਟੇ ਵੀਰ ਤੂੰ ਦੇਖਦਾ ਚੱਲ ਅੱਗੇ ਅੱਗੇ ਦੇਖ ਅੱਜ ਤਾਂ ਬਹੁਤ ਸਾਰੀਆਂ ਲਹਿਰੋਂ ਲਹਿਰਾਂ ਤੇ ਨਹੀਂ ਨਹੀਂ ਮੈਂ ਬੋਲਣਾ ਨਹੀਂ ਚਾਹਾਂਗਾ ਲੱਗਣਗੀਆਂ ਲੱਗਣਗੀਆਂ ਲਹਿਰਾਂ ਹੀ ਲਹਿਰਾਂ ਲੱਗਣਗੀਆਂ ਇੱਥੇ ਲਓ ਵੀਰ ਜੀ ਇਸੇ ਖੁਸ਼ੀ 'ਚ ਥੋੜ੍ਹੀ ਜਿਹੀ ਲਹਿਰ ਮੈਂ ਵੀ ਲਾ ਦੇਣਾ ਅਰਜ਼ ਕਰਨ ਲੱਗਾ ਮਾੜਾ ਜਿਹਾ ਗੌਰ ਫਰਮਾਇਓ ਇੱਕ ਵਾਰੀ ਵਾਹ ਵਾਹ ਬੋਲ ਦਿਓ ਜ਼ਰਾ ਵਾਹ ਵਾਹ ਬੋਲਦੇ ਬਹੁਤ ਕੁਝ ਬੋਲਣ ਲੱਗਾ ਇਸ ਵਾਰੀ ਭੁੱਲ ਕੇ ਨਾ ਮੱਥਾ ਲਾਈਏ ਨਾਗਿਣ ਕਿਸੇ ਜ਼ਹਿਰੀ ਨਾਲ ਕੀ ਬਾਤ ਹੈ ਅੰਗਰੇਜ਼ੀ ਬੋਲਣ ਦਾ ਪੇਚਾ ਨਾ ਪਾਈਏ ਕੁੜੀ ਕਿਸੇ ਸ਼ਹਿਰੀ ਨਾਲ ਵਾਹ ਵਾਹ ਟੀਚਰ ਮਜ਼ਾਕ ਕਦੇ ਨਾ ਕਰੀਏ ਕਿਸੇ ਅਕਲ ਦੇ ਬੈਰੀ ਨਾਲ ਤੇ ਮੈਂ ਕਿਹਾ ਜੀ ਹੱਸ ਹੱਸ ਮੌਜਾਂ ਲੁੱਟ ਲਈਏ ਸਾਡੇ ਸੁਦੇਸ਼ ਲਹਿਰੀ ਦਾ ਜ਼ੋਰਦਾਰ ਤਾਲੀਆਂ ਸੁਦੇਸ਼ ਲਹਿਰੀ ਜੀ ਲਈ ਤਾਲੀਆਂ ਜ਼ੋਰਦਾਰ ਮਾਰੋ ਥੈਂਕ ਨਹੀਂ ਨਹੀਂ ਥੈਂਕ ਯੂ ਨਹੀਂ ਮੈਂ ਤੈਨੂੰ ਨਹੀਂ ਉੱਧਰ ਗਏ ਮੈਨੂੰ ਅਨਾਊਂਸ ਥੈਂਕ ਯੂ ਭਾਜੀ ਹੈਲੋ ਹਾਂ ਪਹੁੰਚ ਗਿਆ ਪੀਟੀਸੀ ਚੈਨਲ ਪੰਜਾਬੀ 'ਤੇ ਨਹੀਂ ਨਹੀਂ ਪੈਸੇ ਦੀ ਕਦੀ ਪ੍ਰੋਬਲਮ ਆਉਣੀ ਮੇਰੀ ਗੱਲ ਹੋ ਗਈ ਉਹਨਾਂ ਨਾਲ ਆਉਂਦੇ ਹੀ ਕਹਿੰਦੇ ਨਹੀਂ ਦੇਣੇ ਨਹੀਂ ਨਹੀਂ ਮੈਂ ਉਹਨਾਂ ਨੂੰ ਕਿਹਾ ਮੈਂ ਸਟਾਰ ਹਾਂ ਕਹਿੰਦੇ ਸਟਾਰ ਸੋਨੀ ਮੁੰਬਈ ਇਹ ਪੀਟੀਸੀ ਸਿਰਫ ਰੋਟੀ ਪਾਣੀ ਖਾਓ ਜਾਓ ਅੱਛਾ ਕੋਈ ਨਹੀਂ ਬਾਅਦ 'ਚ ਕਰਦਾ ਸਾਰੇ ਬੈਠੇ ਹੈ ਟਾਈਮ ਘੱਟ ਆਹਾ ਕਿਆ ਬਾਤ ਹੈ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੀਟੀਸੀ ਚੈਨਲ ਪੰਜਾਬੀ ਦੀ ਪੂਰੀ ਟੀਮ ਅਤੇ ਤੁਹਾਡੇ ਸਾਰਿਆਂ ਵੱਲੋਂ ਮੇਰਾ ਬਹੁਤ ਬਹੁਤ ਸਵਾਗਤ ਨਹੀਂ ਨਹੀਂ ਆਪਣਾ ਸਵਾਗਤ ਪਹਿਲਾਂ ਆਪ ਕਰੋ ਨਹੀਂ ਤਾਂ ਕੋਈ ਨਹੀਂ ਕਰਦਾ ਮੈਂ ਦੇਖਿਆ ਸਾਡੇ ਘੁੱਗੀ ਭਾਅ ਜੀ ਮੇਰੇ ਨਾਲ ਬੜਾ ਐਸਾ ਐਕਸਪੀਰੀਅੰਸ ਹੋਇਆ ਉਹਨਾਂ ਦਾ ਸ਼ੋਅ ਚੱਲ ਰਿਹਾ ਸੀ ਸਟੇਜ 'ਤੇ ਮੈਂ ਸਾਹਮਣੇ ਬੈਠਾ ਸੀ ਕਮਾਲ ਇਹ ਬੜਾ ਵਧੀਆ ਮਾਹੌਲ ਬਣਿਆ ਲਹਿਰੀ ਭਾਅ ਜੀ ਸਾਹਮਣੇ ਲਹਿਰੀ ਭਾਅ ਜੀ ਸਟੇਜ 'ਤੇ ਆ ਮਾਈਕ ਤੁਸੀਂ ਫੜੋ ਇਹ ਤੁਹਾਡਾ ਹੀ ਕੰਮ ਹੈ ਮੈਂ ਕਹਿੰਦਾ ਨਹੀਂ ਮੈਂ ਤੁਹਾਡੇ ਸਾਹਮਣੇ ਕਾਮੇਡੀ ਨਹੀਂ ਕਰ ਸਕਦਾ ਨਹੀਂ ਕਾਮੇਡੀ ਮੈਂ ਹੀ ਕਰਨੀ ਮਾਈਕ ਤੁਸੀਂ ਫੜੋ ਇਹ ਮੇਰੇ ਕੋਲ ਸਟੈਂਡ ਨਹੀਂ ਹੈਗਾ ਅਤੇ ਸਟੈਂਡ ਲੈਣਾ ਬੜਾ ਜ਼ਰੂਰੀ ਹੈ ਔਰ ਸਾਰੇ ਪੰਜਾਬੀ ਕਲਾਕਾਰਾਂ ਨੇ ਇੱਕ ਐਸਾ ਸਟੈਂਡ ਲਿਆ ਕਿ ਪੂਰੀ ਦੁਨੀਆ 'ਚ ਨਾਮ ਕਮਾਇਆ ਇੱਕ ਵਾਰੀ ਆਪਣੇ ਲਈ ਜ਼ੋਰਦਾਰ ਤਾਲੀਆਂ ਵਜਾ ਦਿਓ ਥੈਂਕ ਯੂ ਸੋ ਮੱਚ ਔਰ ਮੈਂ ਬੜੀ ਦੇਰ ਬਾਅਦ ਮੈਨੂੰ ਮੌਕਾ ਮਿਲਿਆ ਬੜੇ ਮਹਾਨ ਕਲਾਕਾਰ ਸਿੰਗਰ ਡਾਇਰੈਕਟਰ ਮਿਊਜ਼ਿਕ ਡਾਇਰੈਕਟਰ ਸਾਰੇ ਬੈਠੇ ਨੇ ਕਿਆ ਬਾਤ ਹੈ ਮੈਂ ਬਹੁਤ ਖੁਸ਼ ਹਾਂ ਅਤੇ ਹਾਂਜੀ ਭਾਅ ਜੀ ਤੁਸੀਂ ਤਿਆਰ ਹੋ ਮੈਂ ਵੀ ਸਿੰਗਰ ਹੀ ਬਣਨਾ ਸੀ ਅਤੇ ਨਾਲ ਮੈਂ ਆਪਣੇ ਮਿਊਜ਼ੀਸ਼ੀਅਨ ਨਾਲ ਲੈ ਕੇ ਆਇਆ ਜੇ ਮਿਊਜ਼ਿਕ ਡਾਇਰੈਕਟਰ ਸਾਰੇ ਬੈਠੇ ਜੇ ਮੇਰਾ ਕੋਈ ਗਾਣਾ ਪਸੰਦ ਆਵੇ ਤਾਂ ਮੈਨੂੰ ਵੀ ਮੌਕਾ ਦਿਓ ਹਾਂਜੀ ਅਤੁਲ ਜੀ ਥੈਂਕ ਯੂ ਔਰ ਸਾਡੇ ਹੰਸ ਰਾਜ ਹੰਸ ਭਾਅ ਜੀ ਮੈਂ ਉਹਨਾਂ ਦਾ ਆਸ਼ੀਰਵਾਦ ਲੈ ਕੇ ਆਇਆ ਪਹਿਲਾਂ ਕਿਉਂਕਿ ਅੱਜ ਨਿਊ ਜਨਰੇਸ਼ਨ ਜਿਹੜੀ ਬਹੁਤ ਅੱਗੇ ਵੱਧ ਗਈ ਅਤੇ ਮੈਂ ਉਹਨਾਂ ਨੂੰ ਕਿਹਾ ਮੈਂ ਤੁਹਾਡੇ ਕੋਲ ਆ ਰਿਹਾ ਮਿਲਣ ਅਤੇ ਉਹ ਰਿਆਜ਼ ਕਰ ਰਹੇ ਸੀ ਮੈਂ ਇੱਕ ਇੱਕ ਕਲਾਕਾਰ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਜਿਹੜੇ ਅੱਜ ਸਾਹਮਣੇ ਨਹੀਂ ਵੀ ਦਿਸ ਰਹੇ ਕੁਝ ਕਲਾਕਾਰਾਂ ਦੀਆਂ ਆਵਾਜ਼ਾਂ ਵੀ ਪੇਸ਼ ਕਰਾਂਗਾ ਜੇ ਤੁਹਾਨੂੰ ਕਿਸੇ ਕਲਾਕਾਰ ਦੀ ਆਵਾਜ਼ ਜਾਂ ਸਟਾਈਲ ਪਸੰਦ ਆ ਜੇ ਤਾਂ ਪਲੀਜ਼ ਤਾਲੀ ਵਜਾ ਦੇਣਾ ਜੇ ਨਾ ਆਵੇ ਫਿਰ ਜ਼ੋਰ ਦੀ ਵਜਾ ਦੇਣਾ ਹੰਸ ਭਾਅ ਜੀ ਘਰ ਰਿਆਜ਼ ਕਰ ਰਹੇ ਸੀ ਮੈਂ ਕਿਹਾ ਭਾਈ ਸਤਿ ਸ਼੍ਰੀ ਅਕਾਲ ਮੈਂ ਤੁਹਾਨੂੰ ਮਿਲਣ ਆਇਆ ਥੋੜ੍ਹਾ ਜਿਹਾ ਸੁਰ ਦਿਓ ਹੰਸ ਭਾਅ ਜੀ ਰਿਆਜ਼ ਕਰ ਰਹੇ ਹੈ ਔਰ ਮੈਂ ਗਿਆ ਮੈਂ ਕਿਹਾ ਭਾਅ ਜੀ ਮੈਂ ਤੁਹਾਨੂੰ ਮਿਲਣ ਆਇਆ ਕਿਉਂ ਮੈਂ ਕਿਹਾ ਪੀ ਟੀ ਸੀ ਚੈਨਲ ਵਾਲੇ ਮਿਊਜ਼ਿਕ ਅਵਾਰਡ ਕਰਾ ਰਹੇ ਨੇ ਅਤੇ ਕੀ ਕਰੀਏ ਮੈਂ ਕਿਹਾ ਕੋਈ ਨਵੇਂ ਕਲਾਕਾਰ ਹੈ ਉਹਨਾਂ ਨੂੰ ਕੋਈ ਮੈਸੇਜ ਦੱਸੋ ਕਿ ਮੈਂ ਉੱਥੇ ਜਾ ਕੇ ਅਨਾਊਂਸ ਕਰਾਂ ਆਹਾ ਕਿਆ ਬਾਤ ਹੈ ਸੁਣ ਫਿਰ ਬੰਦੂਕਾਂ ਗੋਲੀਆਂ ਦੀ ਆਵੇ ਜਿੱਥੇ ਵਾਰ ਕੋਈ ਨਵਾਂ ਬੱਚਾ ਗਾਉਂਦਾ ਹੋਵੇਗਾ ਬੰਦੂਕਾਂ ਗੋਲੀਆਂ ਦੀ ਆਵੇ ਜਿੱਥੇ ਵਾਰ ਹੋ ਕੋਈ ਨਵਾਂ ਬੱਚਾ ਗਾਉਂਦਾ ਹੋਵੇਗਾ ਇੰਨੇ ਗੰਦੇ ਗਾਣੇ ਕਿਵੇਂ ਲੈਂਦੇਗਾ ਕੋਈ ਤੇਲ ਖਾਂਦਾ ਹੋਵੇਗਾ ਕੋਈ ਮਿਊਜ਼ਿਕ ਬਣਾਉਂਦਾ ਹੋਵੇਗਾ ਕੋਈ ਗੰਦਗੀ ਫੈਲਾਉਂਦਾ ਹੋਵੇਗਾ ਹੰਸ ਭਾਅ ਜੀ ਵਾਸਤੇ ਤਾਲੀਆਂ ਜ਼ੋਰਦਾਰ ਥੈਂਕ ਯੂ ਔਰ ਕਈ ਕਲਾਕਾਰਾਂ ਨੇ ਬੜੀ ਤਰੱਕੀ ਕਈ ਕਲਾਕਾਰ ਵਿਚਾਰੇ ਚਲੋ ਕਿਸੇ ਵੀ ਮਾਹੌਲ 'ਚ ਅੱਗੇ ਨਹੀਂ ਵੱਧ ਸਕਦੇ ਕਈ ਵਾਰੀ ਐਸੀ ਪਰ ਉਹਨਾਂ ਨੇ ਹਿੰਮਤ ਨਹੀਂ ਹਾਰੀ
ਉਹ ਔਰਗਨਾਈਜ਼ਰ ਬਣ ਗਏ ਨੇ, ਉਹਨਾਂ ਨੇ ਵੀ ਆਪਣਾ ਕੰਮ, ਪਰ ਗਾਇਕੀ ਅੰਦਰੋਂ ਨਹੀਂ ਨਾ ਜਾਂਦੀ। ਪਿੱਛੇ ਮੈਨੂੰ ਭਾਅ ਜੀ ਮਿਲੇ ਔਰਗਨਾਈਜ਼ਰ, ਮੈਂ ਕਿਹਾ ਭਾਅ ਜੀ ਇਹ ਦਿਲਜੀਤ ਕਿੰਨੇ ਪੈਸੇ ਲੈਂਦਾ ਹੈ, ਅਤੇ ਉਹਨਾਂ ਨੇ ਆਪਣੇ ਅੰਦਾਜ਼ ਦੱਸਿਆ, ਦਿਲਜੀਤ ਕਿਆ ਹੈ ਆਪ ਗਿੱਪੀ ਗਰੇਵਾਲ ਲੀਜੀਏ, 10-20 ਲੱਖ ਅਕਾਊਂਟ ਮੇ ਮੇਰੇ ਡਾਲ ਦੀਜੀਏ, 10-20 ਲੱਖ ਅਕਾਊਂਟ ਮੇ ਮੇਰੇ ਡਾਲ ਦੀਜੀਏ। ਹੰਸ ਭਾਅ ਜੀ ਲਈ ਜ਼ੋਰਦਾਰ ਤਾਲੀਆਂ। ਹੁਣੇ ਹੁਣੇ ਨਾਮ ਲਿਆ ਔਰ ਹਾਜ਼ਰ ਹੋ ਗਏ ਨੇ, ਥੈਂਕ ਯੂ ਸੋ ਮਚ। ਔਰ ਕਈ ਵਾਰੀ ਮੈਂ ਇੱਥੇ ਆ ਕੇ ਇੱਦਾਂ ਦੀਆਂ ਗੱਲਾਂ ਸੁਣ ਰਿਹਾ ਕਿ ਜਿਹੜੇ ਨਵੇਂ ਗਾਣੇ ਨੇ ਇਹਨਾਂ 'ਚ ਮੈਸੇਜ ਨਹੀਂ ਹੁੰਦਾ, ਪੁਰਾਣੇ ਗਾਣਿਆਂ 'ਚ ਮੈਸੇਜ ਹੁੰਦਾ, ਇਹ ਬਿਲਕੁਲ ਗਲਤ ਗੱਲ ਹੈ, ਮੈਂ ਬਿਲਕੁਲ ਸਹਿਮਤ ਨਹੀਂ। ਨਵੇਂ ਗਾਣਿਆਂ ਵਿੱਚ ਵੀ ਬਹੁਤ ਮੈਸੇਜ ਨੇ। ਮੈਂ ਹੁਣ ਦੇਖੋ ਹਾਰਡੀ ਸੰਧੂ ਕਿੱਡਾ ਵਧੀਆ ਮਹਿੰਗਾਈ 'ਤੇ ਮੈਸੇਜ ਦਿੱਤਾ ਕਿ ਕੁੜੀ ਮੈਨੂੰ ਕਹਿੰਦੀ ਮੈਨੂੰ ਜੁੱਤੀ ਲੈ ਸੋਹਣਿਆ, ਮੈਂ ਕਿਹਾ ਨਾ ਸੋਹਣੀ ਹੈ, ਉਹਨੂੰ ਪਤਾ ਹੁਣ ਜੁੱਤੀ ਮੰਗੀਏ ਫਿਰ ਮੋਬਾਈਲ ਮੰਗੇਗੀ ਫਿਰ ਰੀਚਾਰਜ ਮਹਿੰਗਾਈ। ਸੁਨੰਦਾ ਸ਼ਰਮਾ ਨੇ ਪੈਟਰੋਲ 'ਤੇ ਕਿੰਨਾ ਵਧੀਆ ਮੈਸੇਜ ਦਿੱਤਾ, ਘੁੰਮਣ ਘੁਮਾਉਣ ਨੂੰ ਤਾਂ ਥਾਰ ਰੱਖੀ ਹੈ, ਬੁਲਟ 'ਤੇ ਰੱਖਿਆ ਪਟਾਕੇ ਪਾਉਣ ਨੂੰ, ਸਿਰਫ ਪਟਾਕੇ ਪਾਉਣੇ ਚਲਾਉਣਾ ਨਹੀਂ, ਪੈਟਰੋਲ ਦੀ ਮੰਗਿਆਈ। ਜੱਸੀ ਗਿੱਲ ਨੇ ਬਿਜਲੀ ਬਚਾਓ 'ਤੇ ਕਿੰਨਾ ਵਧੀਆ ਮੈਸੇਜ ਦਿੱਤਾ, ਨਿਕਲੇ ਕਰੰਟ ਤੇਰੇ ਯਾਰ 'ਚੋਂ, ਯਾਰ ਬਣਾਓ ਬਿਜਲੀ ਬਚਾਓ, ਜਨਰੇਟਰ ਦੀ ਵੀ ਕੋਈ ਲੋੜ ਨਹੀਂ। ਹਰ ਗਾਣੇ 'ਚ ਮੈਸੇਜ ਹੁੰਦਾ ਜੇ ਆਪਾਂ ਸਮਝੀਏ। ਚਲੋ ਜੀ, ਹੁਣ ਤੁਸੀਂ ਤਿਆਰ ਹੋ, ਮਾਹੌਲ ਬੜਾ ਵਧੀਆ ਹੈ ਔਰ ਮੈਨੂੰ ਡਰ ਵੀ ਬਹੁਤ ਲੱਗ ਰਿਹਾ ਕਿਉਂਕਿ ਸੁਰੀਲੇ ਲੋਕ ਸਾਰੇ ਬੈਠੇ ਨੇ ਔਰ ਮੈਂ ਮਿਊਜ਼ੀਕਲੀ ਆਈਟਮ ਪੇਸ਼ ਕਰਨੀ ਥੋੜ੍ਹੀ। ਇੱਕ ਚੀਜ਼ ਹੈ ਕਿ ਤੁਸੀਂ ਸਾਰੇ ਕਲਾਕਾਰ ਬੈਠੇ ਹੋ, ਜਦੋਂ ਪ੍ਰੋਗਰਾਮ ਕਰਨ ਜਾਂਦੇ ਹੋ ਕਈ ਵਾਰੀ ਫਰਮਾਇਸ਼ ਆ ਜਾਂਦੀਆਂ, ਉਹ ਤੁਸੀਂ ਫਲਾਣੇ ਦਾ ਗਾਣਾ ਸੁਣਾਓ, ਤੁਸੀਂ ਕਹਿੰਦੇ ਨਹੀਂ ਭਾਅ ਜੀ ਸਾਨੂੰ ਆਉਂਦਾ ਨਹੀਂ ਹੁੰਦਾ ਇਸ ਤਰ੍ਹਾਂ, ਭਾਵੇਂ ਆਉਂਦਾ ਵੀ ਹੋਵੇ ਬੰਦਾ ਕਹਿੰਦਾ ਨਹੀਂ ਆਪਣੇ ਗਾਵਾਂਗੇ, ਪਰ ਜਿਹੜੇ ਸਾਡੇ ਪੁਰਾਣੇ ਕਲਾਕਾਰ ਨੇ ਉਹ ਹਲੇ ਵੀ ਗਾ ਦਿੰਦੇ ਨੇ। ਸਾਡੇ ਨਵੇਂ ਕਲਾਕਾਰ ਵੀ ਮੈਂ ਦੇਖਿਆ ਬੜੇ ਕਿ ਜਿਹੜੇ ਸਟੇਜ 'ਤੇ ਦੂਸਰਿਆਂ ਦੇ ਵੀ ਗਾਣੇ ਗਾਉਂਦੇ ਨੇ, ਬਹੁਤ ਵਧੀਆ ਲੱਗਦਾ, ਸਾਰਿਆਂ ਦਾ ਮਾਣ ਰੱਖਣਾ ਚਾਹੀਦਾ। ਗੁਰਦਾਸ ਮਾਨ ਜੀ ਸਟੇਜ 'ਤੇ ਪ੍ਰੋਗਰਾਮ ਕਰਨ ਆਏ ਪੰਜਾਬ 'ਚ, ਤਾਂ ਥੱਲਿਓਂ ਫਰਮਾਇਸ਼ ਆ ਗਈ, ਕਿਹੜੇ ਗਾਣੇ ਦੀ? ਗੁਰਦਾਸ ਮਾਨ ਸਾਹਿਬ ਜੁਰਮਾਨ ਜੀ, ਗੁਰਦਾਸ ਮਾਨ ਮਾਨ ਬਖਸ਼ਿਆ, ਬਹੁਤ ਬਹੁਤ ਸ਼ੁਕਰੀਆ, ਲੋਕ ਗੀਤ ਲੱਗਿਆਂ ਪੇਸ਼ ਕਰਨ, ਦਿਲ ਦਾ ਮਾਮਲਾ। ਨਹੀਂ ਭਾਅ ਜੀ, ਲੱਗਦੀ ਲਾਹੌਰ ਦੀ ਆ, ਗੁਰੂ ਰੰਧਾਵਾ ਪਲੀਜ਼ ਭਾਅ ਜੀ ਮਾਨ ਸਾਹਿਬ। ਹੁਣ ਗੁਰਦਾਸ ਮਾਨ ਜੀ ਕਿਵੇਂ ਆਪਣੇ ਅੰਦਾਜ਼ ਗਾ ਰਹੇ ਨੇ। ਉਹ ਲੱਗਦੀ ਲਾਹੌਰ ਦੀ ਆ, ਉਹ ਜਿੱਦਾਂ ਹੱਸਦੀ ਹੈ, ਉਹ ਲੱਗਦੀ ਮੈਨੂੰ ਪੰਜਾਬ ਦੀ ਆ, ਜਿੱਦਾਂ ਤੱਕਦੀ ਹੈ, ਲੱਗਦੀ ਲਾਹੌਰ ਦੀ ਆ, ਲੱਗਦੀ ਲਾਹੌਰ ਦੀ ਆ, ਜਿੱਦਾਂ ਹੱਸਦੀ ਹੈ, ਹਾਏ ਲੱਗਦੀ ਮੈਨੂੰ ਪੰਜਾਬ ਦੀ ਆ, ਲੱਗਦੀ ਮੈਨੂੰ ਪੰਜਾਬ ਦੀ ਆ, ਜਿੱਦਾਂ ਤੱਕਦੀ ਹੈ, ਲੱਗਦੀ ਆ, ਲੱਗਦੀ ਆ, ਲੱਗਦੀ ਪੰਜਾਬ ਦੀ ਆ, ਲੱਗਦੀ ਜਲੰਧਰ ਦੀ ਆ, ਲੱਗਦੀ ਲੁਧਿਆਣੇ ਦੀ ਆ, ਲੱਗਦੀ ਪਟਿਆਲੇ ਦੀ ਆ, ਲੱਗਦੀ ਬਟਾਲੇ ਦੀ ਆ, ਲੱਗਦੀ ਚੰਡਿਆਲੇ ਦੀ ਆ, ਲੱਗਦੀ ਫਗਵਾੜੇ ਦੀ ਆ, ਓਏ ਕੁੜੀ ਦਾ ਪਤਾ ਕਰੋ, ਹਾਏ ਕੁੜੀ ਦਾ ਪਤਾ ਕਰ, ਕੁੜੀ ਦਾ ਪਹਿਲਾਂ ਪਤਾ ਕਰ ਲਓ, ਬਾਅਦ 'ਚ ਚਾਚੇ ਮਾਮੇ ਦੀ ਨਿਕਲੇ ਤਾਂ ਬੜੀ ਬੇਇੱਜ਼ਤੀ ਹੋਣੀ, ਫਿਰ ਕਹੋਗੇ ਮਾਮਲਾ ਗੜਬੜ। ਸਾਡੇ ਅਨੂਪ ਜਲੋਟਾ ਜੀ, ਜਿਨ੍ਹਾਂ ਨੇ ਅੱਜ ਕੱਲ੍ਹ ਬੜੀ ਇੱਜ਼ਤ ਕਮਾਈ ਹੈ ਐਕਟਿੰਗ 'ਚ, ਐਕਟਿੰਗ 'ਚ ਨਹੀਂ ਨਹੀਂ ਗਾਇਆ ਬਹੁਤ ਵਧੀਆ, ਉਹ ਸਾਡੇ ਪੰਜਾਬ 'ਚ ਪ੍ਰੋਗਰਾਮ ਕਰਨ ਆਏ ਸੀ, ਉਹ ਬੈਠ ਕੇ ਗਾਉਂਦੇ ਨੇ ਕਿਉਂਕਿ ਮਾਹੌਲ ਹੀ ਇੱਦਾਂ ਦਾ। ਹੰਸ ਭਾਅ ਜੀ, ਪੰਮੀ ਭਾਅ ਜੀ, ਕਿਆ ਬਾਤ, ਸਾਰੇ ਅਨੂਪ ਜਲੋਟਾ ਜੀ ਹੈ ਅੱਖ ਵੋ। ਨਹੀਂ ਭਾਅ ਜੀ, 16ਵਾਂ ਵੀ ਟੱਪਿਆ, ਫਰਮਾਇਸ਼ ਆਈ ਹੁਣ, ਔਲਖ ਦਾ ਲਾਓ ਜੰਮਿਆ ਸੀ ਜਦੋਂ ਮੈਂ ਪੰਗੂੜੇ 'ਚ, ਲਾਓ ਭਾਅ ਜੀ ਹੁਣ ਸੁਣਾਉਣਾ ਪਿਆ। ਜੰਮਿਆ ਜਦੋਂ ਮੈਂ ਪੰਗੂੜੇ ਵਿੱਚ ਪਿਆ ਸੀ, ਜੰਮਿਆ 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 ਜਦੋਂ ਮੈਂ ਪੰਗੂੜੇ ਵਿੱਚ ਪਿਆ ਸੀ, ਰੋਂਦਾ ਵੇਖ ਬਾਪੂ ਜੀ ਨੇ ਹੱਥਾਂ 'ਚ ਚੱਕ ਲਿਆ ਸੀ, ਓਏ ਪਹਿਲੀ ਗਾਲ ਚਾਚਾ ਜੀ ਨੇ ਕੱਢਣੀ ਸਿਖਾਈ,
पहली गाली तो घर वाले खुद सिखाते हैं, उसके बाद फिर बच्चे की अपनी क्रिएटिविटी होती है, आहिस्ता आहिस्ता वो आगे बढ़ता है कैसे गालियों को छोटी को बड़ी करना है। पहली गाल चाचा जी ने कढ़नी सिखाई, गाला कढ़दा फिर बिल्ला आम हो गया, सोलवा भी टपया, सोलवा भी टपया, सतारवा भी टपया, अठारवें च मुंडा बदनाम हो गया, टपया 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 टपया, फिर कंध टपया, फिर हद टपया, फिर टपया टपया थोड़ा और टपया टपया, ताली आ ताली आ, टपया 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 टप, बस होर नहीं टपया जाता मेरे को, मैं टप के नहीं जावा। एक बारी साढ़े हरभजन मान जी लिए प्लीज़ जोरदार तालियां, हरभजन मान जी शो कर रहे स्टेज पे, हूँ थल्यों फरमाइश कड़ी, वो बड़े प्यारे तुहानू पता है सिंपल। सब तो पहला सारियां नूं जी आया पीटीसी ते, गल्लां गोरियां दे विच टोए, सारे नचण वास्ते तैयार हो जाओ। नहीं भाजी चमकीला पहले ललकार नाल मैं डर गई, जो हुक्म लाओ भाई। पहले ललकारे नाल मैं डर गई, दूजे ललकारे नाल अंदर वड़ गई, तीजे ललकारे नाल ना मेरा लेके सीता आण के दरां दे विच बज आए बई, सीता आण के दरां दे विच बज आए बई, सीता आण के दरां दे विच बज आए बई, पटू फिर दे शराब नल रजे आए बई। ऐस करके कहना शराबा ना पियो, दुध पियो ते खाओ खोए, फिर वेखो किवें हुंदियां गल्लां गोरियां दे विच टोए, नी असी मर गए होए होए नी गल्लां गोर। थैंक यू सो मच। मैं जाते जाते फिर एक बार सारे का जैजी भाजी सारे बड़े बड़े स्टार बैठे सारे का बहुत बहुत शुक्रिया करता, बड़ी देर बाद मौका मिले मैनू अपने ते सुरीले कलाकार, मैं रोज़ सारे कितने गाने गाना पर इतने गाना गाने का बड़ा ही मुश्किल बड़ा डर लगता है, फिर भी तुम सुने, थैंक यू सो मच, गॉड ब्लेस यू, थैंक यू भाई।